ਸਾਹਿਬਾ ਅਰਜਨ ਹਰ ਕੋ ਬਿੰਦਨੋ ਸਿਮਰੋ ਸ੍ਰੀ ਹਰਾਏ ਅਰਜਨ ਹਰ ਕੋ ਬਿੰਦਨੋ ਸਤਵੇਂ ਪਾਤਸ਼ਾਹ ਕਰੀਆਂ ਨੇ ਮੇਰੇ ਮਾਲਕ ਦੀ ਕਿਰਪਾ ਦੇ ਨਾਲ ਅੱਜ ਵੀ ਹਰੀਆਂ ਨੇ ਕਬੱਡੀ ਕਲੱਬ ਸੁਖਪੁਰ ਦੁੱਲਾ ਸੁਖਪੁਰ ਮਹਿੰਦਰ ਕਹਿੰਦੇ ਨੇ ਕਿ ਜ਼ਿਆਦਾ ਸੁਖਪੁਰੀਆ ਇਸ ਹੁੰਦੀਆਂ ਕਿ ਮੇਜਰ ਸਿੰਘ ਔਜਲੇ ਦੇ ਘਰ ਹੈ ਪੁੱਤਰ ਜੰਮਿਆ ਜਿਹਨੇ ਜੱਫੇ ਲਾ ਲਾ ਕੇ ਕਬੱਡੀ ਜਗਤ ਨੂੰ ਥੰਮਿਆ ਵਰਲਡ ਕੱਪ ਚੋਂ ਬੱਚ ਲਿਆ ਹੋ ਗਈ ਸਾਰੇ ਲਾਲਾ ਲਾਲਾ ਜੇ ਤੂੰ ਲੰਡੀਆਂ ਜੀਪਾਂ ਦਾ ਲੋਕੋ ਜ਼ਿਆਦਾ ਸੁਖਪੁਰ ਵਾਲਾ ਪਹਿਲੀ ਕਬੱਡੀ ਇਹ ਸੰਧੂ ਪਰਿਵਾਰ ਦਾ ਅਮਨ ਦਾ ਚੰਡਿਆ ਹੋਇਆ ਪਤਾਰੇ ਵਾਲਾ ਪਿੰਨੀ ਪਹਿਲੀ ਰੇਡ ਪਾਉਂਦਾ ਜੁਗ ਜੁਗ ਜੀਵੇ ਪਤਾਰੇ ਵਾਲਿਆ ਕਬੱਡੀ ਵਿੱਚ ਲੱਗਦੇ ਸਤਾਰੇ ਵਾਲਿਆ ਤੈਨੂੰ ਸੰਧੂ ਤੇਰਾ ਦੁਨੀਆ ਤੇ ਨਾਮ ਚੱਲਦਾ ਉਹ ਸਰੀਰ ਬੜੇ ਪਿਆਰੇ ਵਾਲਿਆ ਸਾਹਮਣੇ ਨੌਜਵਾਨ ਬਲੈਤੀਆ ਸੰਦੇਸ਼ ਦੇ ਵਾਲਾ ਰੇਡਰ ਦੇ ਫਾਦਰ ਵਿੱਚ ਜੁੜ ਗਿਆ ਜਿੰਨੇ ਵੀ ਪੁਆਇੰਟ ਲੈਣ 500 ਰੁਪਈਆ ਹੋਵੇ ਇੱਧਰ ਵਰਿੰਦਰ ਦਾ 500 ਅੰਮ੍ਰਿਤ ਦੋਨਾਂ ਵਾਲੇ ਨੇ ਲੈ ਲਿਆ ਜਸਵੀਰ ਲੰਬਰਦਾਰ ਦੇ ਪੁੱਤਰ ਨੇ ਹਾਂਜੀ ਰਜਿੰਦਰ ਸਿੰਘ ਜੀ ਵੱਲੋਂ ਗਿੱਲ ਸਾਹਿਬ 500 ਰੁਪਈਆ ਅੰਮ੍ਰਿਤ ਦੇ ਲਈ ਹਾਂਜੀ ਅਵਤਾਰ ਸਿੰਘ ਜੀ ਮੰਗੀ ਉਹ ਵੀ 100 ਰੁਪਈਆ ਅੰਮ੍ਰਿਤ ਲਈ ਤੇ ਅੰਮ੍ਰਿਤ ਕਹਿੰਦਾ ਟੁੱਕਾ ਮਾਰੋ ਫੇਰ ਪਾਰੋ ਜੇਬਾਂ ਨੂੰ ਹੱਥ ਅੱਜ ਮੈਂ ਵੀ ਬੈਂਕ ਦੇ ਵਿੱਚ 10,000 ਰੁਪਈਆ ਸਵੇਰ ਨੂੰ ਜਮ੍ਹਾਂ ਕਰਵਾਉਣਾ ਹੈ ਤਾੜੀਆਂ ਮਾਰਦੇ ਹੋ ਅੰਮ੍ਰਿਤ ਦੇ ਲਈ 500 ਰੁਪਇਆ ਸਰਦਾਰ ਸੰਦੇਪ ਸਿੰਘ ਜੀ ਕੈਨੇਡਾ ਵਾਲੇ ਇਹ ਗਿੱਲ ਸਾਹਿਬ ਨੂੰ ਫੜਾ ਦਿਓ ਸਾਰੀ ਮਾਇਆ ਅਗਲੀ ਕਬੱਡੀ ਇਹ ਫੌਜੀ ਸ਼ਾਮ 84 ਸਲਾਮੂ ਦਾ ਵੀਰ ਹੈ ਵੱਡਾ ਪੁੱਤ ਨਹੀਂ ਮਾਸੀ ਦਾ ਵਿੱਚ ਮਦਾਨਾ ਛੋਦਾ ਲੋਕੋ ਰਜਿੰਦਰ ਸਿੰਘ ਜੀ ਗਿੱਲ ਮੇਰੇ ਵਾਸਤੇ ਵੀ ਬਹੁਤ ਵੱਡਾ ਮਾਣ ਕਰਦੇ ਹੈ ਅਗਲੀ ਕਬੱਡੀ ਦੁਨੀਆਂ ਦੇ ਮਹਾਨ ਯਾਫੀ ਜਾਦੇ ਸੁਰਖਪੁਰੀਏ ਦਾ ਵੱਡਾ ਵੀਰ ਹੈ ਬਿੱਲਾ ਸੁਰਖਪੁਰੀਆ ਪਰ ਉਧਰ ਜੱਫੇ ਦੀ ਗੱਲ ਹੋ ਚੁੱਕੀ ਹੈ ਅੰਮ੍ਰਿਤ ਦੁੱਡਾ ਵਾਲਾ ਅੱਜ ਨਹੀਂ ਛੱਡਦਾ ਹਾਂਜੀ ਰਘਵੀਰ ਗੀਰੇ ਨੇ ਐਲਾਨ ਕਰ ਦਿੱਤਾ ਕਿ ਅੰਮ੍ਰਿਤ ਦੇ ਹਰ ਜੱਫੇ ਦਾ 500 ਰੁਪਇਆ ਰਘਵੀਰ ਗੀਰੇ ਵੱਲੋਂ ਹਰਿੰਦਰ ਦੇ ਹਰ ਨੰਬਰ ਦਾ 500 ਰੁਪਇਆ ਰਘਵੀਰ ਗੀਰੇ ਵੱਲੋਂ ਅਗਲੀ ਕਬੱਡੀ ਆ ਰੌਣਕ ਹਰਿੰਦਰ ਅਗਲੀ ਕਬੱਡੀ ਪਾਉਣਾ ਹੈ ਗੋਰਖੇ ਵੱਲੋਂ 100 ਰੁਪਇਆ ਅੰਮ੍ਰਿਤ ਨੂੰ ਅਗਲੀ ਕਬੱਡੀ ਆਹ ਰੌਣਕ ਨੇ ਪਾਈ ਹੈ ਇਹ ਹਰਿੰਦਰ ਅਗਲੀ ਕਬੱਡੀ ਪਾਉਣ ਦੇ ਲਈ ਬਿੱਲਾ ਜੋਦਾ ਵੀਰ ਹੈ ਉਸਦਾ ਜੀ ਉਹਦਾ ਵੱਡਾ ਵੀਰ ਹੈ ਬਿੱਲਾ ਜਦੋਂ ਜੱਫਾ ਲਾਉਂਦਾ ਏ ਰਤਾ ਨਹੀਂ ਪੈਂਦਾ ਬਿੱਲਾ ਦੇ ਸਾਹਮਣੇ ਅੰਮ੍ਰਿਤ ਬਿੱਲੇ ਸੁਰਖਪੁਰੀਏ ਨੂੰ ਜੱਫਾ ਲਾਉਣ ਦਾ ਯਤਨ ਕਰਦਾ ਕੋਈ ਗੱਲ ਨਹੀਂ ਨੌਜਵਾਨਾਂ ਉਹੀ ਜਿੱਤ ਤੇ ਬਾਜੀ ਵਿੱਚ ਦੁਨੀਆ ਜਿਹੜੇ ਜਿੱਤਣ ਲਈ ਬਾਜੀਆਂ ਹਾਰਦੇ ਨੇ ਉਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ ਜਿਹੜੇ ਹਾਰਦੇ ਤਾਂ ਹੀ ਸਵੀਕਾਰਦੇ ਨੇ ਅਗਲੀ ਰੇਟ ਸਾਹਮਣੇ
ਕਬੱਡੀ ਪਤਾਰੇ ਵਾਲਾ ਦੁਨੀਆਂ ਦਾ ਮਹਾਨ ਖਿਡਾਰੀ ਬਣ ਗਿਆ। ਗੱਲ ਵੱਖਰੀ ਪਤਾਰੇ ਵਾਲੇ ਪਿੰਨੀ ਦੀ, ਗੱਲ ਵੱਖਰੀ ਜਵਾਨੀ ਅਥਰੀ ਪਤਾਰੇ ਵਾਲੇ ਪਿੰਨੀ ਦੀ, ਗੱਲ ਵੱਖਰੀ ਪਤਾਰੇ ਵਾਲੇ ਪਿੰਨੀ ਦੀ। ਹਾਂਜੀ, ਪਤਾਰੇ ਵਾਲੇ ਪਿੰਨੀ ਨੂੰ ਸੰਤੋਖ ਸਿੰਘ ਜੀ ਕਨੇਡਾ 500 ਰੁਪਏ ਦਾ ਮਾਨ। ਹਾਂਜੀ 500 ਰੁਪਇਆ। ਹਾਂਜੀ ਰਘਵੀਰ ਸਿੰਘ ਜੀ ਗੀੜਾ ਉਹਨਾਂ ਵੱਲੋਂ ਵੀ 500 ਰੁਪਇਆ। ਇਹ ਨੋਟਾਂ ਦੀ ਵਰਖਾ ਸੌਖੀ ਦੀ ਕਬੱਡੀ ਮਿੱਤਰੋ, ਪੈਂਦੇ ਸੱਪ ਦੀ ਸਿੜੀ ਤੋਂ ਨੋਟ ਚੱਕਣੇ ਸੌਖੀ ਦੀ ਕਬੱਡੀ ਮਿੱਤਰੋ। ਅਗਲੀ ਰੇਡ ਸਾਹਮਣੇ ਮੋਰੂ, ਉੱਧਰ ਵਾਲੀ ਦਾ ਮੋਰੂ, ਅਗਲੀ ਰੇਡ ਪਾਉਂਦਾ ਮੋਰੂ ਉੱਧਰ ਵਾਲੀ, ਅਗਲੀ ਕਬੱਡੀ ਪਾਉਂਦਾ। ਇਹ ਸੋਚ ਕੇ ਦਿਲ ਹੈਰਾਨ ਹੁੰਦਾ ਅੱਜ ਦੇ ਗੱਭਰੂਆਂ ਦਾ ਕੀ ਬਣਿਆ। ਕੋਈ ਕਟਿੰਗ ਕਰਾ ਕੇ ਸ਼ਾਹਰੁਖ ਖਾਨ ਬਣਦਾ ਤੇ ਕੋਈ ਕਟਿੰਗ ਕਰਾ ਕੇ ਜੈਜੀ ਵੀ ਬਣਿਆ। ਨੌਜਵਾਨ ਦੀ ਕਟਿੰਗ ਵੀ ਸੋਹਣੀ ਹੈ ਤੇ ਪੁਆਇੰਟ ਤਾੜੀ ਮਾਰ ਦਿਓ ਦਰਸ਼ਕ ਵੀਰੇ। ਅਗਲੀ ਕਬੱਡੀ ਸਾਹਮਣੇ ਨੌਜਵਾਨ, ਅਗਲੀ ਰੇਡ ਪਾਉਂਦਾ ਮੌਸਾ ਬਣਿਆ। ਉਹ ਰੇਂਕਿਆ ਤੈਨੂੰ ਵਾਸਤਾ ਰੱਬ ਦਾ, ਨੌਜਵਾਨਾਂ ਕੇਸ ਰੱਖ ਲੈ, ਰਘਵੀਰ ਜਹਾਨ ਨਾਲ ਵਾਅਦਾ ਕਰ ਲੈ। ਸਾਹਮਣੇ ਨੌਜਵਾਨ ਜੱਫੇ ਦੀ ਗੱਲ ਕਰਦਾ, ਸਾਹ ਬਈ ਅੰਮ੍ਰਿਤਪੁਰ ਰਜਿੰਦਰ ਸਿੰਘ ਜੀ ਗਿੱਲ ਸਾਹਿਬ ਅੱਜ ਵੱਡੇ ਬੇਲਾ ਦੇ ਰਹੇ ਹੈ। ਸਾਹਮਣੇ ਫੌਜੀ ਸਲਾਮ 84 ਦੁਨੀਆਂ ਦਾ ਮਹਾਨ ਖਿਡਾਰੀ ਹੈ। ਕੱਲ ਨੌਜਵਾਨ ਨੇ ਭਰੋਲੀ ਦੇ ਕੱਪ ਦੇ ਵਿੱਚ ਹਿੱਕ ਦੇ ਜ਼ੋਰ ਦੇ ਨਾਲ ਮੋਟਰਸਾਈਕਲ ਜਿੱਤਿਆ। ਸਲਾਮੂ ਦਾ ਵੀਰ ਹੈ ਵੱਡਾ ਪੁੱਤ ਨਹੀਂ ਮਾਸੀ ਦਾ, ਵਿੱਚ ਮਦਾਨਾ ਸ਼ੌਦਾ ਲੋਕੋ, ਮਾਲਕ ਤਾਕਤ ਖਾਸੀ ਦਾ, ਜਹਾਨ ਯਾਰਾ ਨਾਮ ਬਣਾ ਗਿਆ ਏ ਫੌਜੀ। ਸ਼ਾਮ 84 ਦਾ ਤਾੜੀ ਮਾਰ ਦਿਓ ਫੌਜੀ ਲਈ, ਦੇ ਲੋਕ ਦਾ ਤਾੜੀ ਮਾਰ ਦਿਓ। ਹਰੇ ਬੰਦੇ ਖਾਤੇ ਵਿੱਚ ਜੁੜ ਗਿਆ। ਅਗਲੀ ਕਬੱਡੀ ਇਹ ਰਾਜਾ ਬਾਬਾ, ਇਹ ਆ ਬਾਬਾ ਦੁਨੀਆਂ ਦੇ ਤਖਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ, ਫਿਰ ਵੰਸ਼ ਸਾਨੀ ਆਵੇ ਤੇਰਾ, ਕੌਣ ਦਊਗਾ ਤੇਰਾ, ਕੋਈ ਇੱਕ ਬਾਰੇ ਕੋਈ ਦੋ ਬਾਰੇ, ਤੂੰ ਦੇਸ਼ ਤੋਂ ਸੱਤ ਬਾਰੇ, ਸੱਤ ਬਾਰ ਕੇ ਕਹਿੰਦਾ ਭਾੜਾ ਮੀਠਾ ਲਾਗੇ ਤੇਰਾ। ਅਗਲੀ ਕਬੱਡੀ ਹਰਿੰਦਰ, ਅਗਲੀ ਰੇਡ ਪਾਉਂਦਾ। ਕਹਿੰਦੇ ਨੇ ਕਿ ਵੱਡਾ ਵੀਰ ਪਰਿੰਦਰ ਆਸਟ੍ਰੇਲੀਆ ਚੋਂ ਫੋਨ ਕਰਦਾ ਕਿ ਮੇਰਾ ਵੀਰ ਅੱਜ ਫਿਰਦਾ, ਹੋਰ ਕੋਈ ਥਾਂ ਲੈ ਨਹੀਂ ਸਕਦਾ। ਸਕੇ ਭਰਾਵਾਂ ਦੀ ਸੰਗੋਜਲੇ ਵਾਲਿਆ, ਤੂੰ ਵੀ ਕਬੱਡੀ ਦਾ ਮਹਾਨ ਜਾਫੀ ਹੈ। ਮੈਂ ਗੱਲ ਕਰਦਾ ਸੀ ਕਿ ਜਿਹੜੇ ਕਨੇਡਾ ਨਹੀਂ ਜਾਣੇ ਉਹਨਾਂ ਨੂੰ ਮਾਝਾ ਝੱਲੂਗਾ ਗਰਮੀਆਂ ਦੇ ਵਿੱਚ, ਤੇ ਸਾਹਮਣੇ ਜਾਫੀ ਜੱਫਾ ਲਾਉਂਦਾ ਹੋਇਆ, ਤੇ ਸਾਡਾ ਤੇ ਆਪਣਾ ਇਰਾਦਾ ਹੈ ਕਿ ਬਾਹਰ ਕਿਤੇ ਨਾ ਜਾਈਏ, ਮਾਝਾ ਹੀ ਠੀਕ ਹੈ ਜਾਫੀ ਦੇ ਖਾਤਰ ਵਿੱਚ। ਅਗਲੀ ਕਬੱਡੀ ਇਹ ਪਤਾਲੇ ਵਾਲਾ ਪਿੰਨੀ, ਅਗਲੀ ਰੇਟ ਪਾਉਂਦਾ। ਚਾਰ ਜਾਫੀਆਂ ਦੀ ਘੁੰਮਦੀ ਹੋਈ ਚੇਨ, ਕੌਣ ਜੱਫਾ ਲਾਵੇਗਾ, ਕੌਣ ਨੌਜਵਾਨ ਅੱਗੇ ਆਵੇਗਾ। ਸਾਹਮਣੇ ਭੇਟਾ ਵਾਲਾ ਮਾਨੀ ਬਲ ਸਿੱਧੂ ਦਾ ਪੇਡੂ, ਨਾ ਕੋਈ ਇੰਜਣ ਨਾ ਕੋਈ ਟੱਬਾ, ਨਾ ਹੀ ਲੈਨ ਪਛਾਈ, ਪਿੱਛੇ ਹਰਿਆ ਸੋਹਣਿਆ ਸਾਡੀ ਬੇ ਰੇਲ ਗੱਡੀ ਆਈ। ਸੋ ਬਹੁਤ ਸਾਰਾ ਮਾਣ ਪਤਾਰੇ ਵਾਲੇ ਪਿੰਨੀ ਨੂੰ। ਅਗਲੀ ਕਬੱਡੀ ਆ ਨੌਜਵਾਨ, ਅਗਲੀ ਕਬੱਡੀ ਪਾਉਂਦਾ ਆ ਨੌਜਵਾਨ ਨੇ ਟੱਚ ਮਾਰਿਆ। ਇਹ ਆ ਬਿੱਲਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜਾਦੇ ਸੁਰਖਰੀਏ ਦਾ 100 ਰੁਪਇਆ ਰਜਿੰਦਰ ਸਿੰਘ ਜੀ ਗਿੱਲ ਪਤਾਰੇ ਵਾਲੇ ਪਿੰਨੀ ਵਾਸਤੇ ਮਾਨ ਸਨਮਾਨ। ਅਗਲੇ ਹਾਫ ਦੀ ਗੱਲ ਰਿੰਕੇ ਮੌ ਸਾਹਿਬ ਨੇ ਕਰਨੀ ਹੈ। ਅਗਲੀ ਕਬੱਡੀ ਇਹ ਆ ਮੋਰੂ, ਅਗਲੀ ਕਬੱਡੀ ਪਾਉਂਦਾ ਮਾਰਿਆ ਹੋਇਆ ਪੱਜ ਤੇ ਫੁੱਲਦੀ ਹੋਈ ਛਾਤੀ, ਨੌਜਵਾਨ ਦਾ ਸੋਭਾ ਸਿੰਘ ਦੀ ਤਸਵੀਰ ਵਰਗਾ ਸਰੀਰ ਹੈ, ਨੀ ਤੂੰ ਕਹੇ ਸਿਆਲਾ ਵਾਲੀ ਹੀਰ ਲੱਗਦੀ, ਸੋਭਾ ਸਿੰਘ ਦੀ ਬੜਾਈ ਤਸਵੀਰ ਲੱਗਦੀ, ਤਲਵਰ ਦਾ ਬੂਟਾ ਵੀ ਟੱਕਦਾ, ਚਮਿਆਰੇ ਦਾ ਰਵੀ ਵੀ ਟੱਕਦਾ 365 ਦੇ ਜ਼ਰੀਏ, ਤੇ ਨੌਜਵਾਨ ਪਰਿੰਦਰ ਵੀ ਟੱਕਦਾ। ਸਾਹਮਣੇ ਨੌਜਵਾਨ ਅੰਮ੍ਰਿਤ ਦੁੱਗਾ ਵਾਲਾ ਜਸਵੀਰ ਸਿੰਘ ਲੰਬੜ ਦਾ ਹੈ ਪੁੱਤ ਲੋਕੋ, ਇਹਦੇ ਉੱਤੇ ਹੈ ਯੋਬਨ ਦੀ ਰੁੱਤ ਲੋਕੋ, ਇਹ ਹਰ ਬੰਦੇ ਨੂੰ ਢਾ ਲੈਂਦਾ, ਤੋੜ ਦਿੰਦਾ ਹੈ ਠੁੱਕ ਲੋਕੋ, ਕਹਿੰਦੇ ਕਹਾਉਂਦਿਆਂ ਦੀ ਜਹਾਨ ਯਾਰਾ ਅੰਮ੍ਰਿਤ ਕਰਾ ਦਿੰਦਾ ਹੈ ਠੁੱਸ ਲੋਕੋ। 100-500 ਰੁਪਇਆ ਸੰਤੋਖ ਸਿੰਘ ਜੀ ਵੱਲੋਂ ਅੰਮ੍ਰਿਤ ਦੇ ਲਈ।
ہاں جی دوگاں دے پوائنٹ نے 16 تے دوابا باری دے پوائنٹ نے 4 ਹਰਿੰਦਰ ਦੇ ਮਾਸੜ ਜੀ ਉੱਚੇ ਤੋਂ ਬਹੁਤ ਸਾਰਾ ਮਾਣ ਦੇ ਕੇ ਗਏ ਆ ਹਰਿੰਦਰ ਲਈ ਬੜਾ ਪਿਆਰਾ ਰਿਸ਼ਤਾ ਹੈ ਤੋ ਹਰਿੰਦਰ ਦੇ ਮਾਸੜ ਜੀ 100 ਰੁਪਿਆ ਵੱਡਾ ਮਾਣ ਹਰਿੰਦਰ ਨੂੰ ਦੇ ਕੇ ਗਏ ਹੈ ਅੱਜ ਸੱਤਵੇਂ ਪਾਤਸ਼ਾਹ ਦੇ ਨਾਂ ਤੇ ਇਹ ਹੋ ਰਿਹਾ ਕਬੱਡੀ ਦਾ ਟੂਰਨਾਮੈਂਟ ਦੁਨੀਆ ਭਰ ਦੇ ਵਿੱਚ 365 ਦੇ ਜਿਹੜੀ ਅੱਜ ਦੇ ਕਬੱਡੀ ਟੂਰਨਾਮੈਂਟ ਦੀ ਗੱਲ ਹੋ ਰਹੀ ਹੈ ਸਾਰੀ ਦੁਨੀਆ ਤੱਕ ਰਹੀ ਹੈ ਕਿ ਦੋਗਾ ਪਿੰਡ ਦੇ ਐਨਆਰਆਈ ਪ੍ਰਵਾਸੀ ਭਾਰਤੀ ਅੱਜ ਨੋਟਾਂ ਦੀ ਵਰਖਾ ਜਿਹੜੀ ਹੈ ਕਰ ਰਹੇ ਹੈ ਜੋਤਾ ਮਹਿਮਨਵਾਲੀਆ ਸੰਦੀਪ ਮਹਿਮਨਵਾਲੀਆ ਦਾ ਪੇਂਡੂ ਅਗਲੀ ਕਬੱਡੀ ਪਾਉਂਦਾ ਹੈ ਨੌਜਵਾਨ ਕਿਹਦੇ ਨਾਲ ਮੁਕਾਬਲਾ ਕਰਦਾ ਮਾਰਿਆ ਹੋਇਆ ਸੱਚ ਨਾਂਗੋ ਨੌਜਵਾਨਾਂ ਆਹ ਨੌਜਵਾਨ ਨੇ ਰਸਤਾ ਬਣਾ ਲਿਆ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਹੈ ਕਬੱਡੀ ਹਰਿੰਦਰ ਇਹ ਹਰਿੰਦਰ ਪਿੰਡ ਦੇ ਵਿੱਚ ਕਬੱਡੀ ਹੈ ਮਾਂ ਨੇ ਪੁੱਤ ਬਾਰੇ ਤੇ ਕਬੱਡੀ ਨਾਲ ਜੋੜਿਆ ਬੜਾ ਹੀ ਪਿਆਰਾ ਰਿਸ਼ਤਾ ਪੁੱਤ ਅਤੇ ਮਾਂ ਦਾ ਪੁੱਤ ਲਈ ਮਾਂ ਸਭ ਕੁਝ ਕਰਕੇ ਦਿਖਾਉਂਦੀ ਆ ਮਲਵੇ ਦੇ ਵਾਂਗੂ ਜਰਨੈਲ ਬਣ ਜਾਵੇ ਪੁੱਤ ਮਾਂ ਜਦੋਂ ਹਰ ਵੇਲੇ ਰੱਬ ਨੂੰ ਧਿਆਉਂਦੀ ਹੈ ਸਾਹਮਣੇ ਨੌਜਵਾਨ ਜੱਫਾ ਪੁਆਇੰਟ ਲੈ ਗਿਆ ਸੰਤੋਖ ਸਿੰਘ ਜੀ ਵੱਲੋਂ 500 ਰੁਪਇਆ ਹਰਿੰਦਰ ਦੇ ਲਈ ਅਗਲੀ ਕਬੱਡੀ ਆ ਨੌਜਵਾਨ ਬਾਬਾ ਅਗਲੀ ਕਬੱਡੀ ਪਾਉਂਦਾ ਸਿੰਘ ਸੂਰਮਾ ਸੁਰਪ੍ਰਿਆ ਨੌਜਵਾਨ ਅਗਲੀ ਰੇਡ ਪਾਉਂਦਾ ਕੌਣ ਜੱਫਾ ਲਾਵੇਗਾ ਸਿੰਘ ਸੂਰਮੇ ਨੂੰ ਆਹ ਨੌਜਵਾਨ ਨੇ ਹੱਥ ਮਾਰਿਆ ਕੋਈ ਗੱਲ ਨੀ ਨੌਜਵਾਨਾਂ ਲੱਗ ਗਿਆ ਜੱਫਾ ਉਹੀ ਜਿੱਤ ਦੇ ਬਾਜੀ ਵਿੱਚ ਦੁਨੀਆ ਜਿਹੜੇ ਜਿੱਤਣ ਲਈ ਬਾਜੀਆਂ ਹਾਰਦੇ ਨੇ ਉੱਠ ਖਾਲਸਾ ਗੁਰੂ ਦੇ ਲਾਲ ਤੈਨੂੰ ਬਾਜਾਂ ਵਿੱਚ ਸਰਹੰਦ ਦੇ ਮਾਰਦੇ ਨੇ ਉੱਠ ਖਾਲਸਾ ਗੁਰੂ ਦੇ ਲਾਲ ਤੈਨੂੰ ਰੇਡਰ ਦੇ ਖਾਤਰ ਵਿੱਚ ਅਗਲੀ ਕਬੱਡੀ ਇਹ ਆਪਣੀ ਸੰਧੂ ਅਗਲੀ ਰੇਡ ਪਾਉਂਦਾ ਇੱਕ ਹਫ਼ਤੇ ਦੇ ਵਿੱਚ 2 ਮੋਟਰਸਾਈਕਲ ਜਿੱਤਣ ਦਾ ਰਿਕਾਰਡ ਹੈ ਨੌਜਵਾਨ ਦਾ ਮਹਾਨ ਖਿਡਾਰੀ ਹੈ ਸਾਹਮਣੇ ਨੌਜਵਾਨ ਕੈਂਚੀ ਲਾਉਣਾ ਲੱਗ ਗਈ ਹੈ ਕੈਂਚੀ ਹੁਣ ਕੋਈ ਵੀ ਮੌਕਾ ਨਹੀਂ ਕਿ ਜੱਫਾ ਜਾਫੀ ਦੇ ਕੋਲੋਂ ਛੁੱਟ ਸਕੇ ਹੁੰਦੀ ਕੈਂਚੀ ਕਬੱਡੀ ਦਾ ਸਿਖਰ ਲੋਕੋ ਹਾਂਜੀ ਰਘਵੀਰ ਸਿੰਘ ਜੀ ਕੀੜਾ ਤੇ ਰਜਿੰਦਰ ਸਿੰਘ ਜੀ ਗਿੱਲ 200 ਰੁਪਏ ਦਾ ਮਾਣ ਬਾਬੇ ਵਾਸਤੇ ਔਰ ਨੌਜਵਾਨ ਇਹ ਦਵਿੰਦਰ ਬਿਜਲੀ ਨੰਗਲ ਇਹ ਨੌਜਵਾਨ ਕਲਵੀਰ ਬਿਜਲੀ ਨੰਗਲ ਦਾ ਸਪੁੱਤਰ ਹੈ ਜ਼ੋਰ ਦੇ ਨਾਲ ਪੁਆਇੰਟ ਲੈਂਦਾ ਹੈ ਜ਼ੋਰ ਨਾਲ ਸੁਰਤੀ ਗਿਆਨ ਵਿਚਾਰ ਜ਼ੋਰ ਨਾਲ ਯੁਗਤੀ ਛੂਟੇ ਸੰਸਾਰ ਬਾਬਾ ਨਾਨਕ ਵੀ ਜ਼ੋਰ ਦੀਆਂ ਗੱਲਾਂ ਕਰਦਾ ਹੈ ਤੇ ਕਬੱਡੀ ਇਹ ਵੀ ਜ਼ੋਰ ਦੀ ਖੇਡ ਹੈ ਅਗਲੀ ਕਬੱਡੀ ਮੋਨੂ ਉਦੋ ਹੋਈ ਅਗਲੀ ਰੇਡ ਪਾਉਂਦਾ ਤਕੜਾ ਖਿਡਾਰੀ ਹੈ ਜਿੰਦੀ ਗਿੱਦੜੀ ਜਨਮ ਹੈ ਗਿੱਦੜਾ ਨੂੰ ਕਰ ਸ਼ੇਰ ਨਹੀਂ ਸਕਦੀ ਸ਼ੇਰ ਪੈਦਾ ਕੀਤੀ ਤਪੱਸਿਆ ਹੋਵੇ ਜਿਨ੍ਹਾਂ ਮਾਪਿਆਂ ਨੇ ਹੁੰਦੇ ਉਹਨਾਂ ਦੇ ਘਰ ਪਲੇਰ ਪੈਦਾ ਕੀਤੀ ਤਪੱਸਿਆ ਹੋਵੇ ਜਿਨ੍ਹਾਂ ਮਾਪਿਆਂ ਨੇ ਰੇਡੋ ਦੇ ਖਾਤਰ ਵਿੱਚ ਅਗਲੀ ਰੇਡ ਨੌਜਵਾਨ ਦੁਆਬਾ ਬਾਰੀਅਰ ਕਬੱਡੀ ਕਲੱਬ ਸ਼ਰਪੁਰ ਦਾ ਖਿਡਾਰੀ ਅਗਲੀ ਕਬੱਡੀ ਪਾਉਂਦਾ ਕੌਣ ਜੱਫਾ ਲਾਵੇਗਾ ਨੌਜਵਾਨ ਨੂੰ ਰੇਡਰ ਨਾਲ ਦਿਮਾਗ ਦੇ ਫੰਨ ਖੜ ਗਈ ਡਾਲ ਜਾਫੀਆਂ ਦੀ ਲਾਉਂਦੀ ਦਿਲ ਦੇ ਵਿੱਚ ਸਕੀਮਾ ਢਾਣੀ 4 ਜਾਫੀਆਂ ਦੀ ਰੇਡਰ ਦੇ ਖਾਤੇ ਵਿੱਚ ਹਰਿੰਦਰ ਦੁੱਗਾ ਅਗਲੀ ਕਬੱਡੀ ਪਾਉਂਦਾ ਅੱਜ ਗੱਲਾਂ ਹੁੰਦੀਆਂ ਜਗਪਾਲਪੁਰ ਦੇ ਤੱਕ ਅੱਜ ਗੱਲਾਂ ਹੁੰਦੀਆਂ ਨੇ ਪਵਿਆਣੇ ਦੇ ਤੱਕ ਅੱਜ ਰਿਹਾੜਾ ਜੱਟਾ ਤੱਕ ਗੱਲਾਂ ਹੁੰਦੀਆਂ ਕਿ ਦੋਗਾਂ ਦੇ ਵਿੱਚ ਕਬੱਡੀ ਜਿਹੜੀ ਹੈ ਸਿਖਰ ਦੀ ਹੋ ਗਈ ਹੈ ਸਾਹਮਣੇ ਗੁਰਪ੍ਰੀਤ ਸਿੰਘ ਮਾਨੀ ਦੁਨੀਆ ਦਾ ਬਹੁਤ ਹੀ ਤਕਨੀਕੀ ਜਾਫੀ ਹੈ ਪਰ ਹਰਿੰਦਰ ਸਿੰਘ ਤਕਨੀਕ ਦੇ ਨਾਲ ਪੁਆਇੰਟ ਲੈ ਗਿਆ ਦੁਆਬਾ ਵਾਰੀਅਰ ਕਬੱਡੀ ਕਲੱਬ ਸੁਖਪੁਰ ਦਾ ਖਿਡਾਰੀ ਅਗਲੀ ਰੇਡ ਪਾਉਂਦਾ ਹੋਇਆ ਸਾਹਮਣੇ ਮੁਕਾਬਲਾ ਹੋ ਗਿਆ ਜੱਫੇ ਦੀ ਗੱਲ ਪਰ ਪੁਆਇੰਟ ਰੇਡਰ ਦੇ ਖਾਤਰ ਵਿੱਚ ਪੁਆਇੰਟ ਜੁੜ ਗਿਆ ਜੋਟੇ ਮੈਂਬਰ ਵਾਲੀਏ ਦੇ ਖਾਤਰ ਵਿੱਚ ਅਗਲੀ ਕਬੱਡੀ ਪਿੰਨੀ
ਪਰਮਿੰਦਰ ਸਿੰਘ ਪਰਵਾਰ ਵੇਖਦਾ ਪੁੱਤਰ ਸੰਧੂ ਪਰਿਵਾਰ ਦਾ ਏ ਇਹ ਵਿੱਚ ਮੈਦਾਨ ਦੇ ਰੇਡਾ ਪਾ ਕੇ ਧੂੜਾ ਪੂਰੀਆਂ ਉਭਾਰਦਾ ਏ ਇਹ ਮੋਟਰਸਾਈਕਲ ਜਿੱਤ ਲਿਆਉਂਦਾ ਇਹਦੇ ਕੋਲ ਦਰਜਾ ਸੁਪਰ ਸਟਾਰ ਦਾ ਏ ਜਹਾਨ ਯਾਰਾ ਰੇਡਰੇ ਨੂੰ ਫੜ ਨਹੀਂ ਸਕਦਾ ਜਦ ਪੁਸ਼ ਅਥਰੀ ਜਿਹੀ ਮਾਰਦਾ ਏ ਇਹ ਅਮਰ ਢੋਡਾ ਵਾਲਿਆ ਤੇਰੇ ਚੇਲੇ ਲਈ ਮੇਰੀ ਕਲਮ ਨੇ ਬੜਾ ਕੁਝ ਲਿਖਿਆ ਅਗਲੀ ਕਬੱਡੀ ਆ ਨੌਜਵਾਨ ਅਗਲੀ ਰੇਡ ਪਾਉਂਦਾ ਹੈ ਸਾਹਮਣੇ ਨੌਜਵਾਨ ਜੱਫਾ ਲਾ ਦਿੱਤਾ ਅੰਮ੍ਰਿਤ ਨੇ ਕਹਿੰਦਾ ਅੱਜ ਤੇ ਨੌਜਵਾਨਾਂ ਰੱਬ ਵੀ ਆ ਜਾਏ ਉਹਨੂੰ ਵੀ ਜੱਫਾ ਲਾ ਜਾਓ ਅੱਜ ਇੰਨੀ ਕੁ ਕਿਰਪਾ ਸੱਤਵੇਂ ਪਾਤਸ਼ਾਹ ਨੇ ਕੀਤੀ ਹੋਈ ਹੈ ਕਿ ਲੰਬੜਾਂ ਦਾ ਮੁੰਡਾ ਅੱਜ ਰੱਬ ਨੂੰ ਵੀ ਜੱਫਾ ਲਾ ਸਕਦਾ ਰਹਿਮਤ ਯਾਦਵਾਨੀ ਅਗਲੀ ਕਬੱਡੀ ਆ ਨੌਜਵਾਨ ਮੋਨੂ ਅਗਲੀ ਕਬੱਡੀ ਪਾਉਂਦਾ ਚਮਕਦਾ ਹੋਇਆ ਪਿੰਡਾ ਖੇਡ ਨਹੀਂ ਹੁੰਦਾ ਖਿਡਾਰੀ ਬਣ ਕੇ ਖੇਡੇ ਦੀ ਚੇਟਕ ਜੇ ਲੱਗੇ ਲੱਗੀ ਹੋਵੇ ਨਾ ਮੰਗੀ ਜੀ ਖੇਡ ਨਹੀਂ ਹੁੰਦਾ ਖਿਡਾਰੀ ਬਣ ਕੇ ਖੇਡਣੇ ਦੀ ਚੇਟਕ ਜੇ ਲੱਗੀ ਹੋਵੇ ਨਾ ਕੋਈ ਫਾਇਦਾ ਨਹੀਂ ਉਹ ਲੀੜੇ ਲਾਉਣ ਦਾ ਜੇ ਰੱਬ ਵੱਲੋਂ ਪਿੰਡ ਚ ਕਬੱਡੀ ਹੋਵੇ ਨਾ ਤਾੜੀਆਂ ਮਾਰਦੇ ਵਸੇ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਸਾਹਮਣੇ ਨੌਜਵਾਨ ਖਿਡਾਰੀ ਵੀਰੋ ਪਰਸੋਂ ਮੈਂ ਵੀਡੀਓ ਰਿਕਾਰਡ ਕਰਨੀ ਹੈ ਅਮਲੇ ਲੋਕੋ ਦੇ ਅੰਗੇਸ ਮੈਂ ਗੱਲ ਕਰੂੰਗਾ ਸਾਹਮਣੇ ਨੌਜਵਾਨ ਜੱਫਾ ਲਾਉਣ ਦੀ ਗੱਲ ਕਰਦਾ ਹੋਇਆ ਆ ਨੌਜਵਾਨ ਕਪਿੰਦਰ ਬਿਜਲੀ ਨੰਗਲ ਰੇਡਰ ਦੇ ਖਾਤਰ ਵਿੱਚ ਜੁੜ ਗਿਆ ਅਗਲੀ ਕਬੱਡੀ ਹਰਿੰਦਰ ਦੁੱਗਾ ਵਾਲਾ ਕਬੱਡੀ ਪਾਉਣਾ ਅੱਜ ਨਹੀਂ ਰੁਕਦਾ ਅੱਜ ਨਹੀਂ ਰੁਕਦਾ ਇਹਦੇ ਨਾਲ ਹੀ ਮੈਚ ਸਮਾਪਤ ਗੁਰੂ ਹਰਿ ਸਾਹਿਬ ਸਪੋਰਟਸ ਕਲੱਬ ਦੁੱਗਾ ਦੀ ਟੀਮ ਜੇਤੂ ਰਹੀ ਹੈ ਇੱਥੇ ਸਮਾਪਤੀ ਹੈ ਬੋਲਦਿਆਂ ਚੱਲਦਿਆਂ ਕੋਈ ਲਫ਼ਜ਼ ਕਿਸੇ ਦੀ ਖਾਨ ਦੇ ਖਿਲਾਫ਼ ਕਿਹਾ ਗਿਆ ਹੋਵੇ ਜਿਮਾਂ ਦੇ ਜੱਜ ਖਾ ਦੁੱਗਾ ਦੇ ਪੁਆਇੰਟ ਨੇ 23 ਤੇ ਕਪੂਰਥਲੇ ਦੇ 13 ਦੁੱਗਾ ਦੀ ਟੀਮ ਜੇਤੂ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਥੇ ਉਹਨਾਂ ਨੇ ਗਿਰਣਾ ਪੈਣਾ ਵਾ ਰਲ ਮਿੱਟੀ ਆ